ਤਾਂ ਹਵਾ ਦਾ ਨਹੀਂ ਪਤਾ ਲੱਗਦਾ ਆ। ਸੋ ਹੈਲੋ ਜੀ, ਵੈਲਕਮ ਟੂ ਅਵਰ ਨਿਊ ਵਲੌਗ। ਇੱਦਾਂ ਸਾਰੇ ਵਲੌਗ ਨਾਲ ਸਟਾਰਟ ਰਿਹਾ ਕਰੋ, ਸੋ ਬਸ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਆ ਕਰੋ। ਵਲੌਗ ਨੂੰ ਸਟਾਰਟ ਹੋ ਰਿਹਾ, ਸੋ ਵਲੌਗ ਬਹੁਤ ਜ਼ਿਆਦਾ ਸਪੈਸ਼ਲ ਹੋਣ ਵਾਲਾ। ਸੋ ਬਾਕੀ ਯਾਰ ਅੱਜ ਨਾ ਲਵਿਸ਼ ਮਤਲਬ ਆਇਆ ਨੀਗਾ, 6:30 ਹੋ ਗਏ, ਅਤੇ ਬਾਕੀ ਮੰਮਾ ਰੇ ਵੀ ਆਇਆ, ਸੋ ਘਰ ਮੈਂ ਹੀ ਸੀਗਾ। ਸੋ ਜਦੋਂ ਤੱਕ ਵਲੌਗ ਅਜੇ ਅਪਲੋਡ ਹੋ ਤੱਕ ਤਾਂ ਸਾਰੇ ਆ ਜਾਣਗੇ। ਬਾਕੀ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਉ। ਅਤੇ ਅੱਜ ਨਾ ਆਪਣਾ ਸ਼ੀਰੋ ਉਦਾਸ ਹੈ ਥੋੜ੍ਹਾ ਜਿਹਾ, ਕਿਉਂਕਿ ਇਹਨੂੰ ਮੰਮਾ ਨਹੀਂ ਦਿਖੀ ਜਾਂਦੇ। ਇਹ ਬਾਹਰ ਚਲੇ ਗਏ ਜਦੋਂ ਮੰਮਾ ਚੱਲੇ ਸੀਗੇ, ਅਤੇ ਕੀ ਨਾਮ ਹੈ ਫਿਰ ਮਸਾਂ ਅੰਦਰ ਆਇਆ ਹੈ ਨਾ ਸ਼ੀਰੋ। ਚਲੋ ਕੋਈ ਨਹੀਂ, ਥੋੜ੍ਹੇ ਦੇਰ ਤੱਕ ਆ ਜਾਣਗੇ। ਬਾਕੀ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ, ਅਤੇ ਗਿਵਅਵੇ ਵਾਸਤੇ ਵੀਡੀਓ ਥੱਲੇ ਕਮੈਂਟ ਕਰ ਦਿਓ, ਅਤੇ ਜਿਹੜੇ ਫਸਟ ਟਾਈਮ ਦਾ ਸਬਸਕ੍ਰਾਈਬਰ ਹੋਣ ਉਹਨਾਂ ਨੂੰ ਗਿਵਅਵੇ ਮਿਲੂ। ਸੋ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਸਬਸਕ੍ਰਾਈਬ ਕਰਨਾ। ਹਾਂ, ਕੀ ਹੋ ਗਿਆ? ਸੋ ਯਾਰ ਪਤੰਗ ਵੀ ਨਵੇਂ ਲੈ ਕੇ ਆਉਂਦੇ, ਡੋਰ ਵੀ ਨਵੀਂ ਲੈ ਕੇ ਆਉਣ ਵਾਲੀ ਹੋਈ ਪਈ ਆ। ਦੇਖੋ ਪਤੰਗ ਇਹੀ ਬਸ ਆਹੀ ਰਹਿ ਗਏ ਇੱਕ ਦੋ। ਕੱਲ੍ਹ ਸ਼ੀਰੋ ਨੇ ਆਪ ਪਤੰਗ ਫਾੜ ਦੇਣਾ, ਇਹਨੇ ਹੱਥ ਦੇ ਥੱਲੇ ਕਰ ਲਿਆ, ਮੰਮਾ ਸਾਹਿਬ ਬਚਾਇਆ। ਸ਼ੀਰੋ ਤੋਂ ਤਾਂ ਪਤੰਗ ਫਾੜ ਦੇਣਾ ਮੇਰੇ ਇਹਨੇ, ਮੇਰੇ ਕਿੰਨੇ ਬਸੰਤ ਤੱਕ ਜਿਹੜਾ ਕੋਈ ਪਤੰਗ ਇਹਦੇ ਕੋਲ ਆ ਕੇ ਡਿੱਗ ਜੇ ਖਤਮ, ਬਸ ਮੇਰੇ ਕਿੰਨੇ ਪਤੰਗ ਫਾੜਤੇ ਸੀ ਇਹਨੇ। ਉਹ ਛੱਡ ਦੇ ਭਰਾਵਾ ਮੈਨੂੰ। ਕਿਆ ਚਾਹੀਏ ਤੇਰੇ ਕੋ, ਕਿਆ ਦਿੱਕਤ ਹੈ ਤੇਰੇ ਕੋ? ਚਲੋ ਹਰੇਕ ਵਾਰ ਨਾ ਕਿਸੇ ਨਾਲ ਪਤੰਗ ਡਾਂਡੇ ਆ, ਅੱਜ ਆਪਾਂ ਇਕੱਲੇ ਟਰਾਈ ਕਰਦੇ ਹਾਂ। ਸੋ ਇਕੱਲੇ ਟਰਾਈ ਕਰਕੇ ਦੇਖਦੇ ਪਤੰਗ ਆਪਣੇ ਤੋਂ ਉੱਡਦਾ ਕਿ ਨਹੀਂ ਉੱਡਦਾ। ਸੋ ਚਲੋ ਛੱਤ 'ਤੇ ਮਿਲਦੇ ਹਾਂ। ਚਲੋ ਪਤੰਗ ਲੈ ਕੇ ਚੱਲਦੇ ਹਾਂ, ਡੋਰ ਲਪੇਟਣ ਵਾਲੀ ਹੋਈ ਪਈ ਜਾਂਦੀ। ਚਲੋ ਪਤੰਗ ਲੈ ਕੇ ਉੱਤੇ ਉਡਾ ਕੇ ਦੇਖਦੇ ਹਾਂ ਜੀ, ਵੀ ਆਪਾਂ ਇਕੱਲੇ ਉਡਾ ਸਕਦੇ ਹਾਂ ਕਿ ਨਹੀਂ ਉਡਾ ਸਕਦੇ। ਵੈਸੇ ਤਾਂ ਵੱਡੀ ਆਉਣਾ, ਐਡੀ ਕਿੱਡੀ ਕੀ ਦਿੱਕਤ ਵਾਲੀ ਗੱਲ ਹੈਗੀ ਹੈ। ਚਲੋ ਦੇਖਦੇ ਹਾਂ, ਇੱਕ ਹੱਥ ਨਾਲ ਕੈਮਰਾ, ਇੱਕ ਹੱਥ ਨਾਲ ਪਤੰਗ, ਠੀਕ ਹੈ? ਯਾਰ ਹਵਾ ਨਹੀਂ ਚੱਲੀ ਜਾਂਦੀ ਤਾਂ ਮੈਨੂੰ ਲੱਗਦਾ ਨਹੀਂ ਗਾ ਵੀ ਇੱਕ ਹੱਥ ਨਾਲ ਉੱਡ ਜੂਗਾ। ਚਲੋ ਥੋੜ੍ਹਾ ਜਿਹਾ ਟਰਾਈ ਕਰਦੇ ਹਾਂ, ਅੱਜ ਚੈਲੇਂਜ ਹੈ ਇਹ, ਚੈਲੇਂਜ ਆਪਣੇ ਵਾਸਤੇ। ਦਿੱਤਾ ਮੌਜਾ ਪਤੰਗ ਜਿਹੜਾ ਹਵਾ 'ਚ ਉੱਡ ਜੇ ਵਧੀਆ ਹਲਕੀ ਵਿੱਚ। ਨਹੀਂ ਲੱਗਦਾ ਯਾਰ, ਹਵਾ ਤਾਂ ਜਮਾਂ ਹੀ ਨਹੀਂ ਚੱਲੀ ਜਾਂਦੀ, ਮੌਸਮ ਬੜਾ ਗਰਮ ਹੋਇਆ ਪਿੰਡ ਵਾਲੇ। ਲੈਟਸ ਟਰਾਈ ਅਗੇਨ। ਭਾਈ ਉੱਡ ਗਿਆ। ਲੈ ਅਰੇ ਯਾਰ, ਚਲੋ ਉਡਾ ਤਾਂ ਸਹੀ, ਜਿੰਨਾ ਕੁ ਉੱਡਣ ਦੀ ਕੋਸ਼ਿਸ਼ ਕੀਤੀ ਉਡਾਇਆ ਯਾਰ ਆਪਾਂ। ਯਾਰ ਲਵਿਸ਼ ਵੀ ਨਹੀਂ ਆਇਆ, ਪਤਾ ਨਹੀਂ ਕੀ ਹੋ ਗਿਆ ਅੱਜ ਉਹਨੂੰ। ਚਲੋ ਕੋਈ ਗੱਲ ਨਹੀਂ, ਬਸ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ। ਗਿਵਅਵੇ ਦਾ ਮੈਂ ਤੁਹਾਨੂੰ ਦੱਸਤਾ ਸੀ, ਇੱਕ ਔਨਲਾਈਨ ਦੀ ਅਰਨਿੰਗ ਬਾਰੇ ਸਿੱਖਣਾ ਹੈ ਨਾ, ਉਹ ਤੁਸੀਂ ਮੇਰੇ ਆਈਡੀ ਦੇ ਥੱਲੇ ਕਮੈਂਟ ਕਰ ਦਿਓ, ਅਤੇ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਜਾਂ ਫਿਰ ਟੈਲੀਗ੍ਰਾਮ 'ਤੇ ਕਰ ਦਿਓ। ਸਾਰਿਆਂ ਦਾ ਸੇਮ ਹੀ ਹੈ, ਟੈਲੀਗ੍ਰਾਮ ਦਾ ਵੀ ਰੋਹਿਤ MLT ਹੈ, ਉਸ ਬਸ ਡੋਟ ਹੈ ਨਹੀਂ। ਇੰਸਟਾਗ੍ਰਾਮ ਦਾ ਹੈਗਾ ਰੋਹਿਤ .MLT। ਐਂਡ ਹੁਣ ਦੇਖਦੇ ਹਾਂ ਰੋਡ ਤੱਕ ਨਹੀਂ, ਵਾਹ ਹਵਾ ਹੀ ਇੱਧਰ ਦੀ ਹੈ ਜਿੱਧਰ ਨੂੰ ਨਹੀਂ ਡਾ ਰਹੀ ਸੀ, ਕਿੱਧਰ ਦੀ ਹੈ? ਇੱਕ ਤਾਂ ਹਵਾ ਦਾ ਨਹੀਂ ਪਤਾ ਲੱਗਦਾ ਆ। ਲੋ ਕ੍ਰੈਸ਼, ਆ ਜਾ ਬਈ ਥੱਲੇ ਤੂੰ। ਚਲੋ ਕੋਈ ਗੱਲ ਨਹੀਂ, ਥੱਲੇ ਆ ਕੇ ਥੱਲੇ ਚੱਲਦੇ ਆ, ਪਤੰਗ ਬਾਅਦ 'ਚ ਡਾ ਲਾਂਗੇ, ਲਵੀ ਸ਼ਾਂਤ ਤਾਂ ਦੁਬਾਰਾ ਡਾਵਾਂਗੇ। ਸੋ ਬਸ ਕੀ ਕਰਨਾ, ਲਾਈਕ ਕਰ ਦਿਓ ਯਾਰ, ਅਤੇ ਕਮੈਂਟ ਕਰ ਦਿਓ, ਅਤੇ ਸ਼ੇਅਰ ਕਰ ਦਿਓ ਥੋੜ੍ਹਾ ਜਲਦੀ। ਤਾਂ ਨਹੀਂ ਯਾਰ, ਛੇ ਤਾਂ ਵੱਜ ਹੀ ਗਿਆ, ਪਰ ਅੱਜ ਧੁੱਪ ਜ਼ਿਆਦਾ, ਤੁਸੀਂ ਇਹਨਾਂ ਦੇ ਕਿੰਨਾ ਲਾ ਕੇ ਥੋੜ੍ਹੀ ਦੇਰ 'ਚ। ਇਕੱਲੇ ਪਤੰਗ ਉਡਾਉਣਾ, ਡੋਰ ਲਪੇਟਣਾ ਬਹੁਤ ਔਖਾ ਟਾਸਕ ਹੈ,
ਮੇਰਾ ਜਿਹੜਾ ਟਰਾਈਪੋਡ ਸੀ ਉਹ ਵੀ ਪਤਾ ਨਹੀਂ ਉਹਨੂੰ ਕੀ ਹੋ ਗਿਆ ਯਾਰ। ਟਰਾਈਪੋਡ ਪਤਾ ਨਹੀਂ ਕਿੱਥੇ ਗਿਆ, ਚੱਲਾ ਮੈਂ ਮੰਗਵਾਇਆ ਸੀਗਾ ਇੱਕ ਬਹੁਤ ਪਹਿਲਾਂ ਮੰਗਵਾਇਆ ਸੀ, ਉਹ ਪਤਾ ਨਹੀਂ ਕਿੱਧਰ ਗਿਆ ਕਿੱਧਰ ਨਹੀਂ। ਚਲੋ ਚਲਦੇ ਹਾਂ ਥੱਲੇ, ਪਤੰਗ ਵਗੈਰਾ ਆਪਾਂ ਸਮੇਟ ਲਿਆ ਸਾਰਾ। ਸ਼ੀਰੋਗਲ ਕਰਕੇ ਦੇਖੀ ਕੀ ਕਰਦਾ ਪਤੰਗ ਦਾ, ਬਚੂਗਾ ਕਿ ਨਹੀਂ ਪਤੰਗ ਸ਼ੀਰੋਗਲ। ਚੱਕ ਨਹੀਂ ਕਰਦਾ ਕੁਛ ਵੀ, ਲਾ ਤਾਂ ਚੱਕ ਹੀ ਲੈਂਦੇ ਹਾਂ, ਕੋਲੇ ਆ ਕੇ ਫਾੜ ਦੂਗਾ। ਸੋ ਗਾਇਸ ਆਈ ਨੋ ਅੱਜ ਦਾ ਵਲੌਗ ਥੋੜ੍ਹਾ ਜਿਹਾ ਛੋਟਾ ਹੈ, ਸੋ ਫਿਲਹਾਲ ਇਸ ਨੂੰ ਮੈਂ ਤੁਹਾਨੂੰ ਕਰਦੇ, ਆਈ ਹੋਪ ਤੁਹਾਨੂੰ ਪਸੰਦ ਆਊ, ਪਸੰਦ ਆਇਆ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ। ਸੋ ਮੈਂ ਤੁਹਾਨੂੰ ਨੈਕਸਟ ਵਲੌਗ ਵਿੱਚ, ਥੈਂਕਸ ਫੋਰ ਵਾਚਿੰਗ, ਬਾਏ। ਗੱਡੀ ਵਿੱਚ ਭਜਾ ਨਿਕ ਸੋਲ ਚੱਲੀ ਹੈ, ਮੇਰੀਆਂ ਬਾਹਾਂ ਦੇ ਵਿੱਚ